फल गुण आनंद उपार्जना हर सज्जन प्रगटे आए। सियाल दी ठंडी रुत विच अत दी ठंड कोरे कारण जिन्नी भी वनस्पति से उहदे पत्ते झड़ गए। पर जिवें फगण दे महीने दी आरंभता हुंदी है इस महीने विच मौसम विच बदलाव हुंदा है। मुड़ दरख्त नवे पत्तियां दे नाल हरे भरे हो उठदे ने जिन्हां नूं वेख के मनुखी मन मनुखी हिरदा आनंदित हो उठदा है। पर गुरु साहिब ने आत्मक आनंद दी गल कीती है। फल गुण आनंद उपार जना हर सज्जन प्रगटे आए। जिस हिरदे घर विच अकाल पुरख वाहिगुरु हरि परमात्मा प्रतक आ वसदा है ਉਹ ਹਿਰਦਾ ਆਨੰਦਿਤ ਹੋ ਉੱਠਦਾ। ਕਹਿਣ ਤੋਂ ਭਾਵ ਆਤਮਕ ਆਨੰਦ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ। ਅਸੀਂ ਆਨੰਦ ਨੂੰ ਦੁਨਿਆਵੀ ਪਦਾਰਥਾਂ ਵਿੱਚੋਂ ਮਾਇਆ ਵਿੱਚੋਂ ਲੱਭਣ ਦਾ ਯਤਨ ਕਰਦੇ ਹਾਂ, ਪਰ ਗੁਰੂ ਸਾਹਿਬ ਆਖਦੇ ਨੇ ਇਹ ਆਤਮਕ ਆਨੰਦ ਦੀ ਪ੍ਰਾਪਤੀ ਗੁਰਸਿੱਖਾ ਤੈਨੂੰ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਬਾਣੀ ਪੜ੍ਹ ਕੇ ਤੈਨੂੰ ਹੋਣੀ ਹੈ ਇਸ ਆਨੰਦ ਦੀ ਪ੍ਰਾਪਤੀ। ਇਸ ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਤੈਨੂੰ ਭਜਨ ਬੰਦਗੀ ਕਰਨੀ ਪਵੇਗੀ। ਫਿਰ ਇਹ ਆਨੰਦ ਐਸਾ ਹੈ, ਫਿਰ ਭਾਵੇਂ ਸੀਸ ਤੇ ਲੋਹੇ ਦਾ ਆਰਾ ਕਿਉਂ ਨਾ ਚੱਲਦਾ ਹੋਵੇ, ਇਹ ਆਨੰਦ ਮੁੱਕਣ ਵਾਲਾ ਨਹੀਂ। ਫਿਰ ਜਿਉਂਦੇ ਉਹਨੂੰ ਕਿਉਂ ਨਾ ਅੱਗ ਵਿੱਚ ਸਾੜਿਆ ਜਾ ਰਿਹਾ ਹੋਵੇ, ਆਨੰਦ ਜਿਉਂਦਾ ਤਿਉਂ ਬਣਿਆ ਰਹਿੰਦਾ। ਉਬਲਦੀ ਦੇਗ ਵਿੱਚ ਕਿਉਂ ਨਾ ਉਬਾਲਿਆ ਜਾ ਰਿਹਾ ਹੋਵੇ, ਬੰਦ ਬੰਦ ਕੱਟੇ ਜਾ ਰਹੇ ਹੋਣ, ਆਨੰਦ ਵਿੱਚ ਕਮੀ ਨਹੀਂ ਆਉਂਦੀ। ਇਹ ਆਨੰਦ ਮੁੱਕਣ ਵਾਲਾ ਨਹੀਂ। ਹੁਣ ਗੁਰੂ ਸਾਹਿਬ ਨੇ ਤੇ ਸਾਨੂੰ ਸਪਸ਼ਟ ਰੂਪ ਵਿੱਚ ਸਮਝਾ ਦਿੱਤਾ, ਭਾਈ ਜੇ ਆਤਮਕ ਆਨੰਦ ਚਾਹੁੰਦਾ, ਆਤਮਕ ਖੇੜਾ ਚਾਹੁੰਦਾ ਵੀ ਸਦਾ ਹੀ ਆਨੰਦ ਬਣਿਆ ਰਹੇ, ਫਿਰ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾ। ਤੀਜੇ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ। ਭਾਈ ਦੁਨਿਆਵੀ ਪਦਾਰਥਾਂ ਵਿੱਚੋਂ ਆਨੰਦ ਨਹੀਂ ਮਿਲਣਾ, ਮਾਇਆ ਦੇ ਰਾਹੀਂ ਆਨੰਦ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਤਾਂ ਆਨੰਦ ਗੁਰੂ ਦੇ ਚਰਨਾਂ ਵਿੱਚ ਹੈ, ਗੁਰੂ ਦੇ ਚਰਨਾਂ ਵਿੱਚ ਤੈਨੂੰ ਜੁੜਨਾ ਪਵੇਗਾ। ਤੇ ਹਰੀ ਪਰਮਾਤਮਾ ਜਦੋਂ ਮਨੁੱਖ ਇੱਕ ਮਨ ਇੱਕ ਚੇਤ ਹੋ ਕੇ ਬੰਦਗੀ ਕਰਦਾ, ਇਬਾਦਤ ਕਰਦਾ, ਨਾਮ ਦਾ ਅਭਿਆਸ ਕਰਦਾ, ਪਰਮਾਤਮਾ ਹੈ ਹਿਰਦੇ ਵਿੱਚ ਹੀ ਹੈ। ਪੂਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਹਿਰਦੇ ਵਿੱਚ ਹੀ ਹੈ, ਜੋ ਵਿੱਚ ਪੜਦਾ ਹੈ ਮਾਇਆ ਦਾ ਉਹ ਭਾਈ, ਇਹ ਜੋ ਪੜਦਾ ਬਣਿਆ, ਜੋ ਵਿੱਚ ਕੂੜ ਦੀ ਕੰਧ ਹੈ, ਇਹ ਤਾਂ ਢੱਠੇਗੀ ਜਦੋਂ ਤੂੰ ਭਜਨ ਬੰਦਗੀ ਕਰੇਗਾ। ਫਿਰ ਤੂੰ ਪ੍ਰਤੱਖ ਰੂਪ ਵਿੱਚ ਵਾਹਿਗੁਰੂ ਨੂੰ ਵੇਖੇਗਾ, ਫਿਰ ਮਨੁੱਖ ਦੀ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ। ਕੇਵਲ ਆਪਣੇ ਆਪ ਹੀ ਵਾਹਿਗੁਰੂ ਨੂੰ ਨਹੀਂ ਵੇਖਦਾ ਆਪਣੇ ਹਿਰਦੇ ਵਿੱਚ, ਫਿਰ ਉਹ ਜਿੱਧਰ ਵੀ ਵੇਖਦਾ ਹੈ ਉਹਨੂੰ ਹਰੇਕ ਥਾਂ ਫਿਰ ਵਾਹਿਗੁਰੂ ਹਰੀ ਪਰਮਾਤਮਾ ਵਸਦਾ ਨਜ਼ਰ ਆਉਂਦਾ ਹੈ। ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤੋ ਨਾ ਜਾਹੀ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਹਰੇਕ ਪਾਸੇ ਆਪਣੇ ਹਿਰਦੇ ਘਰ ਵਿੱਚ ਨਹੀਂ, ਜਿੱਧਰ ਵੀ ਵੇਖਦਾ ਹਰੀ ਪਰਮਾਤਮਾ ਦਿਸਦਾ, ਦ੍ਰਿਸ਼ਟੀ ਬ੍ਰਹਮ ਹੋ ਜਾਂਦੀ ਹੈ। ਫਿਰ ਭਾਈ ਘਨੱਈਆ ਜੀ ਵਰਗੀ ਹੁਣ ਜ਼ਿੰਮੇਵਾਰੀ ਕੀ ਲਾਈ ਹੈ ਵੀ ਜੰਗ ਦੇ ਮੈਦਾਨ ਵਿੱਚ ਆਪਣੇ ਜ਼ਖਮੀ ਸਿੱਖਾਂ ਨੂੰ ਪਾਣੀ ਪਿਲਾਉਣਾ, ਇਹ ਸੇਵਾ ਲਾਈ ਹੈ। ਪਰ ਨਾਮ ਜਪ ਕੇ ਦ੍ਰਿਸ਼ਟੀ ਬ੍ਰਹਮ ਹੋ ਗਈ, ਹੁਣ ਪਾਣੀ ਜਿੱਥੇ ਜ਼ਖਮੀ ਸਿੱਖਾਂ ਨੂੰ ਪਿਲਾ ਰਹੇ ਨੇ ਜੰਗ ਦੇ ਮੈਦਾਨ ਵਿੱਚ, ਉੱਥੇ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾ ਰਹੇ ਨੇ। ਜੋ ਕੋਈ ਜ਼ਖਮੀ ਨਜ਼ਰ ਆਉਂਦਾ, ਬਿਨਾਂ ਵਿਤਕਰੇ ਦੇ, ਬਿਨਾਂ ਭੇਦਭਾਵ ਤੋਂ, ਭਾਵੇਂ ਉਹ ਵੈਰੀ ਹੈ, ਭਾਵੇਂ ਆਪਣਾ ਸਿੱਖ ਭਰਾ ਹੈ, ਪਾਣੀ ਪਿਲਾਈ ਜਾ ਰਹੇ ਨੇ। ਆਖਰ ਕਲਗੀਧਰ ਪਾਤਸ਼ਾਹ ਜੀ ਕੋਲ ਸ਼ਿਕਾਇਤ ਪਹੁੰਚੀ ਵੀ ਬੜੀ ਮੁਸ਼ਕਲ ਦੇ ਨਾਲ ਵੈਰੀਆਂ ਨੂੰ ਜ਼ਖਮੀ ਕਰਕੇ ਹੇਠਾਂ ਸੁੱਟਦੇ ਆ, ਪਰ ਇਹ ਭਾਈ ਘਨੱਈਆ ਮੁੜ ਉਹਨਾਂ ਨੂੰ ਪਾਣੀ ਪਿਲਾ ਕੇ ਲੜਨ ਵਾਸਤੇ ਸਾਡੇ ਲਈ ਫਿਰ ਤਿਆਰ ਕਰ ਦਿੰਦੇ। ਕਲਗੀਧਰ ਪਾਤਸ਼ਾਹ ਜੀ ਬੋਲੇ, ਕੋਈ ਗੱਲ ਨਹੀਂ, ਕੱਲ ਭਾਈ ਘਨੱਈਆ ਜੀ ਦੇ ਸਾਹਮਣੇ ਪੁੱਛਿਆ ਜਾਏਗਾ ਵੀ ਅਸੀਂ ਜ਼ਿੰਮੇਵਾਰੀ ਲਾਈ ਹੈ ਜੰਗ ਦੇ ਮੈਦਾਨ ਵਿੱਚ ਆਪਣੇ ਸਿੱਖ ਭਰਾਵਾਂ ਨੂੰ, ਸਿੱਖ ਫੌਜੀਆਂ ਨੂੰ ਪਾਣੀ ਪਿਲਾਉਣ ਦੀ,
ਪਰ ਤੁਸੀਂ ਆਖਦੇ ਹੋ ਵੈਰੀਆਂ ਨੂੰ ਵੀ ਜਲ ਛਕਾਈ ਜਾ ਰਹੇ ਨੇ। ਅਗਲਾ ਦਿਨ ਹੋਇਆ ਦੀਵਾਨ ਸੱਜਿਆ, ਕਲਗੀਧਰ ਪਾਤਸ਼ਾਹ ਜੀ ਨੇ ਭਾਈ ਘਨੱਈਆ ਜੀ ਨੂੰ ਪੁੱਛਿਆ, ਸੰਗਤ ਆਖਦੀ ਹੈ ਤੁਸੀਂ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਹੋ। ਉਦੋਂ ਭਾਈ ਘਨੱਈਆ ਜੀ ਨੇ ਹੱਥ ਜੋੜ ਕੇ ਆਖ ਦਿੱਤਾ ਸੀ, ਸਤਿਗੁਰੂ ਜੀ ਮੈਨੂੰ ਇਹਨਾਂ ਦਾ ਪਤਾ ਨਹੀਂ, ਪਰ ਸਤਿਗੁਰੂ ਜੀ ਮੈਂ ਤਾਂ ਜਲ ਕੇਵਲ ਤੁਹਾਨੂੰ ਹੀ ਚੁਕਾਉਂਦਾ, ਹਰੇਕ ਜ਼ਖਮੀ ਵਿੱਚ ਮੈਨੂੰ ਤੁਹਾਡਾ ਸਵਰੂਪ ਨਜ਼ਰ ਆਉਂਦਾ ਹੈ, ਹਰੇਕ ਜ਼ਖਮੀ ਵਿੱਚ ਮੈਂ ਤੁਹਾਨੂੰ ਵੇਖਦਾ, ਮੈਂ ਤਾਂ ਤੁਹਾਡੀ ਸੇਵਾ ਕਰ ਰਿਹਾ। ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋਏ ਆਖਿਆ, ਭਾਈ ਘਨੱਈਆ ਤੇਰੀ ਦ੍ਰਿਸ਼ਟੀ ਬ੍ਰਹਮ ਹੋ ਗਈ ਹੈ, ਤੂੰ ਜਿੱਧਰ ਵੀ ਵੇਖਦਾ ਤੈਨੂੰ ਮੇਰਾ ਰੂਪ ਨਜ਼ਰ ਆਉਂਦਾ, ਤੇਰੀ ਦ੍ਰਿਸ਼ਟੀ ਬ੍ਰਹਮ ਹੋ ਗਈ ਹੈ। ਤੇ ਸਤਿਗੁਰ ਜੀ ਨੇ ਮੱਲਮ ਤੇ ਪੱਟੀ ਨਾਲ ਹੱਥ ਵਿੱਚ ਫੜਾ ਕੇ ਆਖਿਆ, ਭਾਈ ਘਨੱਈਆ ਅੱਜ ਤੱਕ ਤੂੰ ਕੇਵਲ ਜਲ ਛਕਾਉਣ ਦੀ ਸੇਵਾ ਕਰਦਾ ਸੀ, ਅੱਜ ਤੋਂ ਬਾਅਦ ਤੂੰ ਜ਼ਖਮੀਆਂ ਦੇ ਜ਼ਖਮ ਸਾਫ਼ ਕਰਕੇ ਉਹਨਾਂ ਨੂੰ ਮੱਲਮ ਪੱਟੀ ਵੀ ਕਰਿਆ ਕਰ। ਅੱਜ ਜੋ ਸੰਸਥਾ ਹੋਂਦ ਵਿੱਚ ਆਈ ਹੈ ਨਾ ਰੈੱਡ ਕਰੋਸ, ਇਹ ਅਸੀਂ ਦੱਸ ਨਹੀਂ ਸਕੇ, ਸਾਡਾ ਪ੍ਰਚਾਰ ਨਹੀਂ ਹੋ ਸਕਿਆ। ਅਸਲ ਵਿੱਚ ਇਸ ਦੇ ਸੰਸਥਾਪਕ, ਇਹਦੇ ਮੋਢੀ ਭਾਈ ਘਨੱਈਆ ਜੀ ਸਨ, ਜੋ ਜੰਗ ਦੇ ਮੈਦਾਨ ਵਿੱਚ ਜ਼ਖਮੀਆਂ ਦੀ ਸੰਭਾਲ ਕਰਨੀ, ਮੁਰਦਿਆਂ ਦੀ ਸੰਭਾਲ ਕਰਨੀ, ਬਿਨਾਂ ਵਿਤਕਰੇ ਬਿਨਾਂ ਭੇਦ ਭਾਵ ਤੋਂ ਉਹਨਾਂ ਨੇ ਜੋ ਸੇਵਾ ਕੀਤੀ, ਇਹਦੇ ਜਨਮਦਾਤੇ ਅਸਲ ਵਿੱਚ ਭਾਈ ਘਨੱਈਆ ਜੀ ਨੇ। ਸੋ ਕਹਿਣ ਤੋਂ ਭਾਵ ਸਤਿਗੁਰੂ ਸਮਝਾ ਦਿੱਤਾ ਵੀ ਜਦੋਂ ਮਨੁੱਖ ਭਜਨ ਬੰਦਗੀ ਕਰਦਾ, ਇਬਾਦਤ ਕਰਦਾ, ਸੱਚੇ ਮਨੋਂ ਵਾਹਿਗੁਰੂ ਦੇ ਨਾਮ ਨੂੰ ਜਪਦਾ, ਫਿਰ ਦ੍ਰਿਸ਼ਟੀ ਬ੍ਰਹਮ ਹੋ ਜਾਂਦੀ ਹੈ, ਹਰੀ ਪਰਮਾਤਮਾ ਹਿਰਦੇ ਵਿੱਚ ਪ੍ਰਤੱਖ ਆ ਵਸਦਾ, ਫਿਰ ਜਦੋਂ ਪਰਮਾਤਮਾ ਹੀ ਜੋ ਆਨੰਦ ਸਵਰੂਪ ਹੈ ਹਿਰਦੇ ਚ ਪ੍ਰਤੱਖ ਰੂਪ ਚ ਆ ਵਸਦਾ, ਫਿਰ ਮਨੁੱਖ ਆਤਮਕ ਆਨੰਦ ਨੂੰ ਮਾਣਦਾ, ਉਹ ਆਤਮਕ ਆਨੰਦ ਜੋ ਕਦੇ ਖਤਮ ਨਹੀਂ ਹੁੰਦਾ। ਅੱਗੇ ਕਿਰਪਾ ਕੀਤੀ ਹੈ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਹੁਣ ਪਰਮਾਤਮਾ ਨਾਲ ਮਿਲਣ ਵਾਸਤੇ ਸਹਾਇਤਾ ਕਰਨ ਵਾਲੇ ਸੰਤ ਜਨ ਉਹ ਮਿਹਰ ਕਰਕੇ ਪ੍ਰਭੂ ਦੇ ਨਾਲ ਮਿਲਾਉਂਦੇ ਨੇ। ਇੱਥੇ ਸੰਤ ਤੋਂ ਭਾਵ ਗੁਰੂ ਹੈ। ਇੱਥੇ ਗੱਲ ਸਮਝਿਓ, ਜਦੋਂ ਵਾਹਿਗੁਰੂ ਕਿਰਪਾ ਕਰਦਾ, ਉਹਦੀ ਕਿਰਪਾ ਦੇ ਨਾਲ ਪੂਰੇ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਪੂਰੇ ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਮਨੁੱਖ ਫਿਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਜਾਂਦਾ। ਵੀ ਜਿਹੜਾ ਮਿਲਾਪ ਹੈ, ਜੋ ਆਤਮਕ ਆਨੰਦ ਬਣਿਆ ਵਾਹਿਗੁਰੂ ਦੇ ਪ੍ਰਤੱਖ ਰੂਪ ਵਿੱਚ ਹਿਰਦੇ ਚ ਵਸਣ ਕਾਰਨ ਇਹ ਆਨੰਦ ਬਣਿਆ, ਪਰ ਇਹਦੇ ਵਿੱਚ ਸਹਾਇਤਾ ਕੀਤੀ ਹੈ ਸੰਤ ਸਹਾਈ ਰਾਮ ਕੇ, ਪੂਰੇ ਗੁਰੂ ਨੇ ਸਹਾਇਤਾ ਕੀਤੀ ਹੈ ਆਪਣਾ ਉਪਦੇਸ਼ ਦ੍ਰਿੜ ਕਰਾ ਕੇ। ਹਰੀ ਪਰਮਾਤਮਾ ਜੋ ਪਹਿਲਾਂ ਵੀ ਹਿਰਦੇ ਚ ਵਸਦਾ ਸੀ, ਪਰ ਜੋ ਵਿੱਚ ਕੂੜ ਦੀ ਕੰਧ ਸੀ, ਉਹ ਨਾਮ ਜਪ ਕੇ ਢੱਠੀ। ਪੂਰੇ ਗੁਰੂ ਨੇ ਨਾਮ ਦੀ ਦਾਤ ਬਖਸ਼ੀ, ਨਾਮ ਜਪਵਾਇਆ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਗੈਰ ਨਾਮ ਵੀ ਨਹੀਂ ਜਪਿਆ ਜਾ ਸਕਦਾ। ਸਤਸੰਗਤ ਜੀ, ਪੂਰਾ ਗੁਰੂ ਸੰਗਤ ਵਿੱਚ ਲੈ ਕੇ ਆਉਣ ਵਾਲਾ ਹੈ, ਨਾਮ ਦੀ ਦਾਤ ਪੂਰੇ ਗੁਰੂ ਕੋਲੋਂ ਮਿਲਦੀ ਹੈ। ਪੂਰੇ ਗੁਰੂ ਨੇ ਸਹਾਇਤਾ ਕੀਤੀ, ਮਦਦ ਕੀਤੀ, ਹਰੀ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਉਹਦੀ ਕਿਰਪਾ ਤੋਂ ਬਗੈਰ ਮਿਲਾਪ ਸੰਭਵ ਨਹੀਂ। ਅੱਗੇ ਕਿਰਪਾ ਕੀਤੀ ਹੈ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਉਹਨਾਂ ਦਾ ਹਿਰਦਾ ਸੇਜ, ਹਿਰਦਾ ਰੂਪੀ ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਉਹ ਆਤਮਕ ਸੁੱਖ ਨੂੰ ਮਾਣਦੇ ਨੇ, ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਚ ਕਿਤੇ ਵੀ ਥਾਂ ਨਹੀਂ ਰਹਿ ਜਾਂਦੀ, ਜਾਏ ਤੋਂ ਭਾਵੇ ਥਾਂ। ਆਤਮਕ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ, ਜੋ ਕਦੇ ਬਿਨਸਦਾ ਨਹੀਂ, ਕਦੇ ਖਤਮ ਨਹੀਂ ਹੁੰਦਾ, ਉਹ ਆਤਮਕ ਸੁੱਖ ਆਤਮਕ ਖੇੜੇ ਨੂੰ ਮਾਣਦੇ ਨੇ। ਇਚ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ, ਕਿਉਂਕਿ ਹਰੇਕ ਜਗਿਆਸੂ ਦੀ ਇੱਛਾ ਹੈ ਵੀ ਪਰਮਾਤਮਾ ਦਾ ਦੀਦਾਰ ਹੋਵੇ, ਵਾਹਿਗੁਰੂ ਦੇ ਚਰਨਾਂ ਚ ਅਭੇਦਤਾ ਹੋਵੇ। ਇਹ ਹਰੇਕ ਜਗਿਆਸੂ ਨਾਮ ਜਪਣ ਵਾਲੇ ਦੀ ਮੰਜ਼ਿਲ ਇਹੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਹੁਣ ਗੁਰੂ ਸਾਹਿਬ ਆਖਦੇ ਨੇ, ਉਹਨਾਂ ਵੱਡੇ ਭਾਗਾਂ ਵਾਲੇ ਜੀਵਾਂ ਦੀ, ਜੀਵ ਇਸ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਉਹ ਹਰੀ ਪਰਮਾਤਮਾ ਨੂੰ ਮਿਲ ਪੈਂਦੇ ਨੇ। ਇਚ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ, ਜੋ ਚਿਰਾਂ ਤੋਂ ਇੱਛਾ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ।
ਜਿਹੜਾ ਕਰਮਾਂ ਕਰਕੇ ਵਿਛੋੜਾ ਸੀ ਉਹ ਨਾਮ ਜਪ ਕੇ ਹੁਣ ਇਸ ਫੱਗਣ ਦੇ ਮਹੀਨੇ ਵਿੱਚ ਗੁਣ ਰੂਪੀ ਫਲ ਪ੍ਰਗਟ ਹੋਇਆ। ਹਰੀ ਪਰਮਾਤਮਾ ਉਹਨਾਂ ਨੂੰ ਮਿਲ ਪਿਆ, ਉਹਨਾਂ ਦੀ ਮਨ ਦੀ ਇੱਛਾ ਪੂਰੀ ਹੋ ਗਈ ਹੈ। ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਈ। ਉਹ ਸਤਸੰਗੀ ਸਹੇਲੀਆਂ ਦੇ ਨਾਲ ਰਲ ਕੇ ਗੁਰਮੁਖਾਂ ਦੇ ਨਾਲ ਰਲ ਕੇ ਪਰਿਪੂਰਨ ਪਰਮਾਤਮਾ ਦੇ ਸਿਫ ਸਲਾਹ ਦੇ ਗੀਤ ਗਾਉਂਦੇ। ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਉਹ ਦਿਨ ਰਾਤ ਗਾਉਂਦੇ ਨੇ, ਕਹਿਣ ਤੋਂ ਭਾਵ ਪਰਮਾਤਮਾ ਦੀ ਇਬਾਦਤ ਕਰਦੇ ਨੇ। ਇੱਕ ਮਨ ਇੱਕ ਚਿੱਤ ਹੋ ਕੇ ਜੋ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਕੇ ਗਏ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਉਹ ਦਿਨ ਰਾਤ ਅੱਠੇ ਪੈਰ ਫਿਰ ਵਾਹਿਗੁਰੂ ਦੇ ਸਿਫ ਸਲਾਹ ਦੇ ਗੀਤ ਗਾਉਂਦੇ ਨੇ। ਹਾਰ ਜਿਹਾ ਅਵਰ ਨਾ ਦਿਸੈ ਕੋਈ ਦੂਜਾ ਲਵੇ ਨਾ ਲਾਏ। ਵਾਹਿਗੁਰੂ ਵਰਗਾ ਪਰਮਾਤਮਾ ਵਰਗਾ ਉਹਦੀ ਬਰਾਬਰੀ ਕਰ ਸਕਣ ਵਾਲਾ ਉਹਨਾਂ ਨੂੰ ਕੋਈ ਦੂਜਾ ਦਿਸਦਾ ਹੀ ਨਹੀਂ। ਭਾਵ ਉਹ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ, ਇੱਕ ਤੇ ਉਹਨਾਂ ਦਾ ਵਿਸ਼ਵਾਸ ਬਣ ਜਾਂਦਾ ਹੈ, ਇੱਕ ਨੂੰ ਆਰਾਧਦੇ ਨੇ, ਇੱਕ ਤੇ ਭਰੋਸਾ ਕਰਦੇ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇੱਕ ਦੇ ਨਾਲ ਜੋੜਿਆ, ਇੱਕ ਓਅੰਕਾਰ। ਸਾਡੀ ਬਾਣੀ ਦੀ ਆਰੰਭਤਾ ਵੀ ਇੱਕ ਤੋਂ ਹੀ ਹੈ ਵੀ ਵਾਹਿਗੁਰੂ ਇੱਕ ਹੈ। ਉਹ ਇੱਕ ਦੇ ਨਾਲ ਜੁੜ ਜਾਂਦੇ ਨੇ, ਦੂਜਾ ਉਹਨਾਂ ਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ, ਭਾਵ ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ। ਹਾਲਤ ਪਾਲਤ ਸਵਾਰਿਅਨ ਨਿਹਚਲ ਦਿੱਤੀਆਂ ਜਾਏ। ਉਸ ਪਰਮਾਤਮਾ ਨੇ ਉਹਨਾਂ ਸਤਸੰਗੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ। ਕਹਿਣ ਤੋਂ ਭਾਵ ਆਪਣਾ ਲੋਕ ਵੀ ਸਵਾਰ ਲੈਂਦੇ ਨੇ, ਪਰਲੋਕ ਵੀ ਸਵਾਰ ਲੈਂਦੇ ਨੇ। ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋ ਜਾਂਦਾ। ਉਹਨਾਂ ਨੂੰ ਆਪਣੇ ਚਰਨਾਂ ਵਿੱਚ ਪਰਮਾਤਮਾ ਲਿਵ ਲੀਨਤਾ ਵਾਲੀ ਐਸੀ ਥਾਂ ਬਖਸ਼ਦਾ ਹੈ, ਪਰ ਮੁੜ ਕੇ ਕਦੇ ਡੋਲਦੇ ਨਹੀਂ। ਸੰਸਾਰ ਸਾਗਰ ਤੇ ਰੱਖਣ ਬੋਹੜ ਨਾ ਜਨਮੈ ਧਾਏ। ਵਾਹਿਗੁਰੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਬਚਾ ਲਿਆ। ਭਾਵ ਜਨਮਾਂ ਦੇ ਗੇੜ ਵਿੱਚੋਂ ਮੁੜ ਉਹਨਾਂ ਦੀ ਦੌੜ ਭੱਜ ਮੁੱਕ ਜਾਂਦੀ ਹੈ ਵੀ ਬਾਰ ਬਾਰ ਜਨਮ ਲੈਣਾ, ਬਾਰ ਬਾਰ ਮਰਨਾ, ਜਿਹਨੂੰ ਆਪਾਂ 84 ਆਖਦੇ ਹਾਂ। ਉਹਨਾਂ ਦੀ 84 ਕੱਟੀ ਜਾਂਦੀ ਹੈ, ਉਹ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ ਨਾਮ ਜਪ ਕੇ, ਤੇ ਪ੍ਰਭੂ ਚਰਨਾਂ ਵਿੱਚ ਉਹਨਾਂ ਦੀ ਅਪੀਤਤਾ ਹੋ ਜਾਂਦੀ ਹੈ, ਉਹਨਾਂ ਦਾ ਆਵਾਗਮਨ ਖਤਮ ਹੋ ਜਾਂਦਾ ਹੈ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਹੇ ਨਾਨਕ, ਗੁਰੂ ਸਾਹਿਬ ਆਖਦੇ ਸਾਡੀ ਇੱਕ ਜੀਭ ਹੈ ਤੇ ਵਾਹਿਗੁਰੂ ਦੇ ਅਨੇਕਾਂ ਹੀ ਗੁਣ ਹਨ। ਇੱਕ ਜੀਭ ਦੇ ਨਾਲ ਉਸ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣਾਂ ਨੂੰ ਗਾਈਏ, ਉਹਦੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਬਚਨ ਆਪਾਂ ਪੜ੍ਹਦੇ ਹਾਂ, ਜਿਹਵਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਈ ਹੈ, ਉਹ ਬੇਸ਼ਮਾਰ ਹੈ, ਬੇਅੰਤ ਹੈ, ਉਹਦਾ ਅੰਤ ਕਿਸੇ ਨੂੰ ਨਹੀਂ ਲੱਭਾ। ਇੱਕ ਜੀਵ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਏ ਜਾ ਸਕਦੇ। ਜਿਹੜੇ ਜੀਵ ਉਸ ਵਾਹਿਗੁਰੂ ਦੇ ਚਰਨੀ ਪੈਂਦੇ ਹਨ, ਉਸਦਾ ਆਸਰਾ ਤੱਕਦੇ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ, ਭਾਵ ਸਾਗਰ ਤੋਂ ਪਾਰ। ਉਹਨਾਂ ਦਾ ਕਹਿਣ ਤੋਂ ਭਾਵ ਪਾਰ ਉਤਾਰਾ ਹੋ ਜਾਂਦਾ ਹੈ। ਫਾਲਗੁਣ ਨਿਤ ਸਾ ਲਾਹੀ ਹੈ ਜਿਸਨੂੰ ਤਿਲ ਨਾ ਤਮਾਏ। ਤਮਾਏ ਤੋਂ ਭਾਵ ਹੈ ਤਮਾ, ਲਾਲਚ। ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਵਿੱਚੋਂ, ਕਿਉਂਕਿ ਹੋਲੀ ਦਾ ਤਿਉਹਾਰ ਹੁੰਦਾ ਹੈ, ਇਹਦੇ ਵਿੱਚੋਂ ਲੋਕ ਆਨੰਦ ਲੱਭਦੇ ਨੇ। ਗੁਰੂ ਸਾਹਿਬ ਆਖਦੇ ਨੇ ਇਹਨਾਂ ਵਿੱਚੋਂ ਆਨੰਦ ਲੱਭਣ ਦੀ ਥਾਂ ਗੁਰਮੁਖ ਜਨ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਸਾਨੂੰ ਕਰਨੀ ਚਾਹੀਦੀ ਹੈ ਉਸ ਵਾਹਿਗੁਰੂ ਦੀ ਸਿਫਤ ਸਲਾਹ, ਜਿਸ ਨੂੰ ਆਪਣੇ ਵਡਿਆਈ ਕਰਾਉਣ ਦਾ ਆਖਦੇ ਨੇ ਰੱਤਾ ਭਰ ਵੀ ਲਾਲਚ ਨਹੀਂ। ਵਾਹਿਗੁਰੂ ਨੂੰ ਇਹ ਕੋਈ ਲਾਲਚ ਨਹੀਂ, ਸਾਧ ਸੰਗਤ ਜੀ ਗੱਲ ਸਮਝੋ ਵੀ ਅਸੀਂ ਉਹਦੇ ਗੁਣ ਗਾਈਏ, ਨਾਮ ਜਪੀਏ, ਜੇ ਗੁਣ ਗਾਵਾਂਗੇ ਸਾਨੂੰ ਲਾਭ ਹੈ, ਸਾਡਾ ਲੋਕ ਪ੍ਰਲੋਕ ਸਵਰੇਗਾ, ਨਹੀਂ ਗਾਵਾਂਗੇ ਤੇ ਸਾਡਾ ਹੀ ਨੁਕਸਾਨ ਹੈ। ਜਿਹੜਾ ਤਾਂ ਵਾਹਿਗੁਰੂ ਦੇ ਨਾਲ ਜੁੜਿਆ ਉਹਦਾ ਤਾਂ ਪਾਰ ਉਤਾਰ ਹੈ। ਅੱਗੇ ਕਿਰਪਾ ਕੀਤੀ ਹੈ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਸਰੇ। ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ, ਵਾਹਿਗੁਰੂ ਨੂੰ ਆਰਾਧਿਆ, ਜੋ ਪਰਮਾਤਮਾ ਦੀ ਇਬਾਦਤ ਕਰਨੇ ਨੇ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋ ਜਾਂਦਾ, ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦੇ ਨੇ।
जीवन रूपी बाजी जीत के संसार तो जांदे ने। हार गुर पूरा आराध्या दरग है सच खरे, जिन्ना ने वाहिगुरु नू पूरे गुरु नू आराध्या ओ सदा थिर रहण वाले प्रभु दी हजूरी विच फिर सरखरू हुंदे ने। कहण तो भाव ओ बेदाग वाहिगुरु दे चरणा विच पहुंचदे ने। नहीं तो दाग दोस मुह चलिया लाए दरगह बैसण नाहीं जाए, जिहड़े नाम नहीं जपदे ऐसे दागियां नू फिर प्रभु चरणा विच थां नहीं मिलदी, थां उन्हां नू मिलदी है जिहड़े पूरे गुरु दे उपदेश ते चल के उस वाहिगुरु की इबादत करते हैं। सर्व सुखां निध चरण हर भौजल विखम तरे, वाहिगुरु के चरणों में सारे सुखां के खजाने ने। चरणों नाल जुड़ जाएंगे सारे सुख मिलेंगे। वाहिगुरु के चरणों तो परां हटण की देर कहण तो भाव दूरी बन गई ते फिर सारे जड़े सुख जड़े मिले भी ने ना ये भी फिर दुख विच तब्दील हो जाने। सतसंग जी याद रखियो जे चाहुंदे हो भी सदा सुख बनिया रहे फिर वाहिगुरु दे चरणां दे नाल सदा ही जुड़ना पवेगा। फिर दिन रात वाहिगुरु की इबादत करांगे फिर सुख सदीवी बने रहणगे। फिर मनुख आत्मक सुख नूं माणदा है, आत्मक आनंद नूं माणदा है। सर्व सुखां निध चरण हर हर भौजल विखम तरे, प्रभु दे चरण ही सारे सुखां दा खजाना हन। जिहड़े जीव वाहिगुरु दे चरणां दे नाल जुड़दे ने ओह इस औखे संसार समुंदर विचों सही सलामत तर के पार हो जांदे ने। जिहनूं तरना बड़ा औखा है जिहदे विच मोह माया दी छल्लां ने। प्रेम भगत तिन पाईआ विखिआ नाहीं जरे, उन्हां गुरमुखां नूं प्रभु दा प्यार प्रभु की भगती प्राप्त होंदी है, उन्हां अंदर प्यार पैदा होंदा है, नाम जपण विच उन्हां नूं आनंद आउंदा है, ओह भगती दी दात प्रभु कोलों प्राप्त कर लैंदे ने। माया दी तृष्णा अग विच ओह नहीं सड़दे, कहण तों भाव तृष्णा दी अग बुझ जांदी है। नाम रूपी जल तृष्णा दी अग नूं बुझा दिंदा है, अग जिहड़ी है शांत हो जांदी है, ओह तृष्णा विच नहीं सड़दे, आत्मक आनंद विच जीवन व्यतीत करदे ने। पूर गए दुबदहा नसी पूर्ण सच भरे, जिहड़ा वाहिगुरु दे नाल जुड़ गया जिन्हों वाहिगुरु ने अपने चरणों का प्यार बख्श दिता, भगती की दात जिन्हों वाहिगुरु ने बख्श दी, जिस हिरदे च नाम का वासा हो गया तो झूठ नहीं टिक सकता। फिर उन्होंने सारे व्यर्थ झूठ लालच खत्म हो जाते हैं व्यर्थ, क्योंकि इन्हों का लाभ तो कोई है नहीं, नुकसान ही है। उन्होंने मन की भटकना मुक जाती है, उन्होंने हिरदा मन टिक जाता है, वह मुकम्मल तौर पर सदा थिर रहण वाले वाहिगुरु के चरणों में पूर्ण तौर पर टिक जाते हैं। पार ब्रह्म प्रभ सेम दे मन अंदर एक धरे, इत्थे गल समझण वाली है, अपने मन में इको परम जोत अकाल पुरख वाहिगुरु जो सारे संसार नूं रचन वाला है, सारे संसार नूं सिरजन वाला है, उस परिपूर्ण परमात्मा नूं सिमरदे ने उहदे चरणां दे नाल जुड़ के। हुण अगे सतगुरु जी ने साडे मन दे वहम भी दूर कर दिते ने वी इह दिन चंगा है, इह महीना चंगा। गुरु साहिब ने सानू वहमां तों भी मुक्ति दवाई है, आख दिता है महान दिवस मूरत भले जिस को नदर करे, जिन्हां उत्ते प्रभु मेहर दी नजर करदा है अपने नाम दी दात दिंदा है, उन्हां वास्ते सारे महीने सारे दिहाड़े खूबसूरत ने सुलखणे ने। ओ किसे खास दिन दे भुलेखे विच नहीं तुरदे। नानक मंगै दर्श दान किरपा करो हरे हरे, हे हरी हे परमात्मा मेरे उत्ते मेहर कर किरपा कर। गुरु साहिब आखदे ने मैं नानक तेरे दर तो एक दात मंगदा, केड़ी दात मंगी है? नानक मंगै दर्श दान, दर्शना दी दात, दीदार दी दात, मेरे ते रहमत कर, मैनू दर्शना दी दात मैं नानक तेरे दर तो मंगदा हाँ। सो सतगुरु जी ने अनेक उदाहरण दे के धन श्री गुरु अर्जन देव महाराज ने सानू समझा दिता है, भाई जे जीवन में तू आत्मक आनंद लोचदा है भी सदा ही आनंद खेड़िया बना बनिया रहे, फिर भाव वाहिगुरु के चरणों के नाल जुड़ जा, भजन बंदगी कर, इबादत कर, फिर ढेल नाम वर्त नाम जपण विच तां तैनू आत्मक आनंद की प्राप्ति होनी है।
दिन राती आराधो प्यारो निमख ना की जै ढीला जड़ा तेन समा मिले ए समय की संभाल कर। सत्संग जी जड़ा समा साडा परमेश्वर की याद विच बतीत हुंदा है ना वह सफल है उहदा सानू लाभ है। बाकी दुनियावी काम धंधे जिन्ना मर्जी असीं सारी जिंदगी करदे आं ਇਹ ਅੱਗੇ ਜਾ ਕੇ ਕੋਈ ਮਾਇਨੇ ਨਹੀਂ ਰੱਖਦੇ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਗਤ ਕਬੀਰ ਜੀ ਦਾ ਬਚਨ, ਕਬੀਰ ਏਕ ਘੜੀ ਆਧੀ ਘਰੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਿਹੜਾ ਸਮਾਂ ਇੱਥੇ ਵਾਹਿਗੁਰੂ ਦੀ ਯਾਦ ਵਿੱਚ ਅਸੀਂ ਬਤੀਤ ਕੀਤਾ ਇਹ ਸਾਡਾ ਲੇਖੇ ਵਿੱਚ ਹੈ, ਇਹਦਾ ਸਾਨੂੰ ਲਾਭ ਹੈ। ਬਾਕੀ ਦੁਨਿਆਵੀ ਕੰਮ ਧੰਦੇ ਕਰਨੇ ਉਹ ਸਾਡਾ ਫਰਜ਼ ਹੈ, ਕਿਰਤ ਵੀ ਕਰਨੀ ਹੈ, ਗੁਰੂ ਨਾਨਕ ਪਾਤਸ਼ਾਹ ਸਿਧਾਂਤ ਤੇ ਨਾਮ ਵੀ ਜਪਣਾ। ਇਕੱਲੇ ਕਿਰਤੀ ਬਣ ਕੇ ਕੰਮ ਨਹੀਂ ਚੱਲਣਾ, ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ, ਤੇ ਤੀਜਾ ਵੰਡ ਕੇ ਵੀ ਛਕਣਾ। ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣਿਆ ਸੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਸਾਡਾ ਸਾਰਿਆਂ ਦਾ ਆਪਣੇ ਭਾਣੇ ਵਿੱਚ ਬਤੀਤ ਕਰਾਉਣ, ਅਰਦਾਸ ਕਰੀ ਵਾਹਿਗੁਰੂ ਦੇ ਚਰਨਾਂ ਵਿੱਚ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਜਪਦਿਆਂ ਦਾ ਇਹ ਸਾਡਾ ਮਹੀਨਾ ਸਤਿਗੁਰੂ ਜੀ ਬਤੀਤ ਕਰਾਉਣ। ਭੁਲਾ ਚੁੱਕਾਂ ਦੀ ਖਿਮਾ, ਭੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹ